ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਸਿੰਘ ਰੀਜਨਲ ਮੈਨੇਜਰ ਵੈਲਕਮ ਕ੍ਰੋਪ ਸਾਇੰਸ ਤੋਂ ਅੱਜ ਪਿੰਡ ਦੁਬਰਜੀ ਤੁਹਾਡੇ ਕੋਲ ਪਹੁੰਚਾ ਹਾਂ। ਹਾਂਜੀ ਨਿਤਿਨ ਜੀ, ਤੁਸੀਂ ਆਪਣਾ ਵੇਰਵਾ ਦੇਣਾ, ਆਪਣੇ ਪਿੰਡ ਬਾਰੇ ਅਤੇ ਤਹਿਸੀਲ ਬਾਰੇ ਦੱਸਣਾ, ਜ਼ਿਲ੍ਹਾ ਦੱਸਣਾ ਆਪਾਂ। ਇਹ ਜੀ ਪਿੰਡ ਸਾਡਾ ਦੁਬਰਜੀ ਸ਼ਾਮ ਸਿੰਘ ਆ, ਤਹਿਸੀਲ ਇਹਨੂੰ ਪੈਂਦੀ ਹੈ ਦੀਨਾਨਗਰ ਅਤੇ ਜ਼ਿਲ੍ਹਾ ਜੀ ਗੁਰਦਾਸਪੁਰ। ਠੀਕ ਹੈ ਵੀਰ ਜੀ। ਵੀਰ ਜੀ, ਆਹ ਤੁਸੀਂ ਅੱਜ ਤੋਂ 30 ਦਿਨ ਪਹਿਲਾਂ ਮੁੜੀ ਲਾਈ ਸੀਗੀ। ਹਾਂਜੀ, ਆਪਣੀ WGS 367 ਨੰਬਰ। ਹਾਂਜੀ, ਇਹਦੇ ਬਾਰੇ ਥੋੜ੍ਹਾ ਜ਼ਿਮੀਂਦਾਰਾਂ ਨੂੰ ਦੱਸਣਾ ਵੀ ਤੁਹਾਨੂੰ ਕਿਵੇਂ ਲੱਗੀ ਅਤੇ ਤੁਸੀਂ ਬੀਜ ਕਿੱਥੋਂ ਖਰੀਦਿਆ ਸੀ। ਇਹ ਜੀ ਜਿਹੜੀ ਮੂਲੀ ਹੈ ਬਹੁਤ ਵਧੀਆ ਆ। ਇੱਕ ਤਾਂ ਆ 30-32 ਦਿਨਾਂ 'ਚ ਪੂਰੀ ਤਿਆਰ ਹੋ ਕੇ ਅਤੇ ਮੰਡੀ 'ਚ ਪਹਿਲ ਇਹਨੂੰ ਮਿਲੀ ਆ। ਅਸੀਂ ਖੜੀ ਆ ਮੰਡੀ 'ਚ ਅਤੇ ਉਹਨਾਂ ਨੇ ਲਾਹਨ ਨਹੀਂ ਦਿੱਤੀ, ਸਿੱਧੇ ਲੈ ਗਏ ਆ। ਠੀਕ ਹੈ, ਰੇਟ ਦੀ ਵੀ ਕੋਈ ਗੱਲ ਨਹੀਂ, 25 ਰੁਪਏ ਰੇਟ ਲੱਗਾ, ਮੰਡੀ ਤੋਂ ਜ਼ਿਆਦਾ ਰੇਟ ਲੱਗਾ ਅਤੇ 24-25 ਰੁਪਏ ਦੇ ਵਿੱਚ ਵਿੱਚ ਉਹਨਾਂ ਨੇ ਕੋਈ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਈ, ਨਾ ਹੀ ਕਿਸੇ ਨੂੰ ਕੋਈ ਦਿੱਕਤ ਹੋਈ ਰੇਟ ਸੁਣ ਕੇ। ਔਰ ਤੁਹਾਨੂੰ ਤੁਸੀਂ ਇਹਦਾ ਬੀਜ ਹਿਮਾਨੀ ਖੇਤੀ ਸਟੋਰ ਤੋਂ ਖਰੀਦਿਆ ਸੀ ਅੱਜ ਤੋਂ 30 ਦਿਨ ਪਹਿਲਾਂ। ਹਾਂਜੀ ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 30 ਦਿਨ ਦੇ ਅੰਦਰ ਮੂਲੀ ਬਣੀ, ਉਹ ਜਿਸ ਤਰ੍ਹਾਂ ਲੱਕੀ ਭਾਈ ਤੁਹਾਡੇ ਬ੍ਰਦਰ ਵੱਡੇ ਕਹਿੰਦੇ ਵੀ 30 ਦਿਨ ਦੇ ਵਿੱਚ ਹੀ ਮੂਲੀ ਬਣੀ ਆ। ਇਹ ਜੀ ਬਿਲਕੁਲ ਸੱਚ ਆ ਅਤੇ ਮੂਲੀ ਵੀ ਬਹੁਤ ਸ਼ਾਨਦਾਰ, ਅਗਰ ਵਰਖਾ ਨਹੀਂ ਕਹੀ ਪੈਂਦੀ ਤੇ ਵਰਖਾ ਨਾ ਪੈਂਦੀ ਤੇ ਹੋਰ ਵਧੀਆ ਹੁੰਦੀ, ਹੋਰ ਬਹੁਤ ਨਿਕਲਣੀ। ਤੁਸੀਂ ਆਪਣੇ ਇੱਥੇ ਤੁਹਾਡੇ ਪਿੰਡ 'ਚ ਕਾਫੀ ਮੂਲੀ ਲੱਗਦੀ ਹੈ, ਨੇੜੇ ਤੇੜੇ ਲੱਗਦੀ ਆ, ਤੁਸੀਂ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਵਰਾਇਟੀ ਬਾਰੇ ਦੱਸੋ, 367 ਨੰਬਰ ਬਾਰੇ। ਹਾਂਜੀ, ਅਸੀਂ 367 ਨੰਬਰ ਬਾਰੇ ਵਰਾਇਟੀ ਬਾਰੇ ਦੱਸਿਆ ਅਤੇ ਸਾਰਿਆਂ ਨੂੰ ਇਹਦੇ ਬਾਰੇ ਐਪਰੀਸ਼ੀਏਟ ਵੀ ਕੀਤਾ ਵੀ ਮੂਲੀ ਦੇਖੋ ਆਣ ਕੇ ਅਤੇ ਸਾਰੇ ਜਣੇ ਅਗਲੀ ਵਾਰੀ ਇਹੀ ਮੂਲੀ ਬੀਜਿਓ। ਠੀਕ ਹੈ, ਤੁਸੀਂ ਇਸ ਤਰ੍ਹਾਂ ਵੈਲਕਮ ਦੇ ਦੱਸੀ ਆ, ਪਿਛਲੇ ਸਾਲ ਵੀ ਗੋਭੀ ਵੀ ਲਗਾਈ, ਤੁਸੀਂ ਦੱਸਿਆ ਕਿ ਗੋਭੀ ਬਹੁਤ ਵਧੀਆ, ਗੋਭੀ ਵੀ ਬਹੁਤ ਵਧੀਆ ਸੀਗੀ। ਹਾਂਜੀ ਹਾਂਜੀ, ਔਰ ਜਿਹੜੀ ਗੋਭੀ ਸੀ ਤੁਸੀਂ ਲਗਾਈ ਸੀ ਆਪਣੀ ਸ੍ਰੇਸ਼ਟਾ ਆਈਟੀ ਗਰੰਟੀ ਸੀਡ ਦੀ, ਉਹ ਵੀ ਠੀਕ ਸੀਗੀ, ਵਧੀਆ ਗਈ ਉਹ ਵੀ। ਹਾਂਜੀ, ਉਹਦਾ ਰੇਟ ਵੀ ਠੀਕ ਮਿਲਿਆ ਸੀਗਾ। ਬਹੁਤ ਬਹੁਤ ਧੰਨਵਾਦ ਨਿਤਿਨ ਜੀ। ਹਾਂਜੀ, ਥੈਂਕ ਯੂ। ਸਾਡੀ ਮੂਲੀ ਲਗਾਈ 367 ਨੰਬਰ, ਠੀਕ ਹੈ। ਜ਼ਿਮੀਂਦਾਰ